ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 15 ਅਪ੍ਰੈਲ ਦਿਨ ਹੈਗਾ ਜੀ ਵੀਰਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500, 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, GN ਟਾਇਰ ਐਂਡ ਟਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ। ਉਹਨੇ ਮਸੋ ਤਾਂ 209-277-0013। ਸੁੱਚਾ ਸਿੰਘ, ਜਸਕਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 509-348-374-4541 ਦੇ ਉੱਤੇ। ਜੈਂਡਰ ਮੋਰਗੇਜ ਅਤੇ ਰੀਅਲ ਇਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਕਾਲ ਕਰੋ ਮੋਹਨ ਚੀਮਾ 509-905-2575, 559-905-2575, ਅਤੇ ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਭਰੋਸੇਯੋਗ ਅਟਰਨੀ ਜੇ ਟੇਰਕਿਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415-909-0503, 415-909-0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9696 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ। ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨਾਂ ਵੱਲੋਂ ਬਣਾਏ ਆਰਜੀ ਮਕਾਨਾਂ ਨੂੰ ਲੱਗੀ ਅੱਗ। ਦੇਖੋ, ਇਹ ਦੁਪਹਿਰੇ ਖਬਰ ਆਈ ਆ, ਬੜੀ ਹੈਰਾਨ ਕਰਨ ਵਾਲੀ ਖਬਰ ਆ ਕਿ ਅੱਗ ਲੱਗ ਗਈ। ਔਰ ਕਿਹਾ ਇਹ ਜਾ ਰਿਹਾ ਕਿ ਸ਼ਰਾਰਤ ਸੀਗੀ। ਇਹ ਆਪਣੇ ਆਪ ਦੇ ਵਿੱਚ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਆ ਕਿ ਸ਼ਰਾਰਤ ਕਿਸਨੇ ਕੀਤੀ ਆ। ਕਹਿੰਦੇ ਆ ਕਿ ਕੁਛ, ਵੈਸੇ ਇਸ ਗੱਲ ਦੀ ਮੈਂ ਪੁਸ਼ਟੀ ਨਹੀਂ ਕਰਦਾ, ਕੁਛ ਮੀਡੀਆ ਆਊਟਲੈਟ ਜਿਹੜੇ ਆ ਉਹ ਦਾਅਵਾ ਕਰ ਰਹੇ ਆ ਕਿ ਇੱਕ ਵਿਅਕਤੀ ਆ ਜਿਹੜਾ ਉਹ ਅੱਗ ਲਾ ਕੇ ਗਿਆ। ਕੁਛ ਕਹਿ ਰਿਹਾ ਕਿ ਸ਼ਰਾਰਤੀ ਅਨਸਰ ਸੀ, ਹੁਣ ਪਤਾ ਨਹੀਂ ਹੈ ਆਪਾਂ ਕਿਉਂਕਿ ਉੱਥੇ ਨਹੀਂ ਹੈ, ਇੱਕ ਆ ਜਾਂ ਦੋ ਹੈ, ਪਰ ਅੱਗ ਜ਼ਰੂਰ ਲੱਗੀ ਹੈ। ਅਤੇ ਇਸ ਤੋਂ ਬਾਅਦ ਇੱਥੇ ਸਾਰਿਆਂ ਦੇ ਕੰਨ ਖੜੇ ਹੋ ਗਏ ਪੰਜਾਬ ਦੇ ਵਿੱਚ, ਕਿਉਂਕਿ ਜੋ ਮਰਜ਼ੀ ਹੋਣ ਆਪਸ ਦੇ ਵਿੱਚ ਵਖਰੇਵੇਂ ਹੋ ਸਕਦੇ ਆ, ਇੱਕ ਦੂਜੇ ਨਾਲ ਕਹਿ ਸਕਦੇ ਹੋ ਕਿ ਮਨ ਮੁਟਾਵ ਹੋ ਸਕਦੇ ਨੇ, ਪਰ ਜਦੋਂ ਇਸ ਤਰ੍ਹਾਂ ਕੋਈ ਗੱਲ ਸੁਣਦੇ ਆ ਪੰਜਾਬੀ ਤਾਂ ਫਿਰ ਸਾਰੇ ਹੀ ਚਿੰਤਤ ਹੋ ਜਾਂਦੇ ਨੇ। ਤਾਂ ਉੱਥੇ ਫਿਰ ਜਦੋਂ ਪਤਾ ਕੀਤਾ ਕਿ ਇੱਕ ਤੇ ਸ਼ਾਇਦ ਕਾਰ ਸੜੀ ਆ, ਕੁਛ ਹੋਰ ਜਿਹੜਾ ਸਮਾਨ ਸੀਗਾ ਉਹ ਖਾਕ ਹੋ ਗਿਆ। ਚਸ਼ਮਦੀ ਦੇ ਦੱਸਦੇ ਆ ਕਿ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਅੱਗ ਲਗਾਈ ਤੇ ਫਰਾਰ ਹੋ ਗਏ। ਇਹ ਮਤਲਬ ਜਿਹੜੀ ਕੁਛ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੀਡੀਆ ਅਦਾਰਿਆਂ ਦੀਆਂ ਖਬਰਾਂ ਜਿਹੜੀਆਂ ਥੋੜੀਆਂ ਜਿਹੀਆਂ ਕੰਟਰਾਡਿਕਟ ਨੇ, ਕਿਤੇ ਇੱਕ ਜਾਂ ਕਿਤੇ ਦੋ ਕਿਹਾ ਗਿਆ। ਤੇ ਇਸ ਬਾਬਤ ਜਿਹੜੇ ਸਾਂਝੇ ਕਿਸਾਨ ਮੋਰਚਾ ਦੇ ਕੁਛ ਆਗੂ ਹੈ ਜਿਵੇਂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਰਸਾ, ਇਹਨਾਂ ਸਾਰਿਆਂ ਨੇ ਮਤਲਬ ਕਿ ਇਸ ਗੱਲ ਦਾ ਨੋਟਿਸ ਲਿਆ ਔਰ ਸ਼ਾਂਤੀਪੂਰਵਕ ਚੱਲ ਰਹੇ ਅੰਦੋਲਨ ਦਾ ਮਾਹੌਲ ਖਰਾਬ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਨਿਖੇਧੀ ਕੀਤੀ ਹੈ। ਨਾਲ ਕਿਹਾ ਕਿ ਭਾਈ ਅਸੀਂ ਡਰਨ ਵਾਲੇ ਨਹੀਂ ਇਹਨਾਂ ਚੀਜ਼ਾਂ ਤੋਂ, ਇਹਨਾਂ ਗਤੀਵਿਧੀਆਂ ਤੋਂ। ਔਰ ਦੂਜੀ ਗੱਲ ਇਹ ਆ ਕਿ ਸਾਂਝੇ ਕਿਸਾਨ ਮੋਰਚੇ ਨੇ ਇਹ ਵੀ ਐਲਾਨ ਕੀਤਾ ਕਿ ਜੋ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਸਮਾਜਿਕ ਬਾਈਕਾਟ ਚੱਲਦਾ ਆ, ਉਹਨਾਂ ਦਾ ਵਿਰੋਧ ਚੱਲਦਾ ਪਿਆ, ਉਹ ਚੱਲਦਾ ਰਹੂਗਾ। ਉਹਦੇ 'ਚ ਕਿਸੇ ਕਿਸਮ ਦੀ ਢਿੱਲ, ਉਹਦੇ 'ਚ ਕਿਸੇ ਕਿਸਮ ਦੀ ਕੋਈ ਵੀ ਕਹਿ ਲਓ ਕਿ ਇਹ ਸੰਭਾਵਨਾ ਨਹੀਂ ਹੋਏਗੀ ਕਿ ਕੱਲ੍ਹ ਨੂੰ ਇਹ ਖਤਮ ਹੋ ਜਾਵੇ। ਖੈਰ, ਵੈਸੇ ਇਹ ਹੁਣ ਥੋੜ੍ਹਾ ਹੋਰ ਚੁਕੰਨੇ ਹੋਣ ਵਾਲੀ ਗੱਲ ਆ, ਕਿਉਂਕਿ ਪਹਿਲਾਂ ਤਾਂ ਪਤਾ ਨਹੀਂ ਸੀ ਲੱਗ ਰਿਹਾ। ਕਈ ਵਾਰ ਇਹ ਹੁੰਦਾ ਕਿ ਕੁਛ ਕਿਆਸ ਹੋ ਜਾਂਦੇ ਕਿ ਹਾਂ ਇੱਦਾਂ ਹੋਇਆ ਹੋਵੇਗਾ, ਸ਼ਰਾਰਤ ਹੋਈ ਹੋਏਗੀ, ਹੋ ਸਕਦਾ ਅਣਗਹਿਲੀ ਨਾਲ ਕਿਤੇ ਅੱਗ ਲੱਗ ਗਈ ਹੋਵੇ, ਹੋ ਸਕਦਾ ਕੋਈ ਚਿੰਗਿਆੜਾ ਕਿਤੋਂ ਡਿੱਗ ਪਿਆ ਹੋਵੇ, ਪਰ ਜਿਸ ਤਰ੍ਹਾਂ ਹੁਣ ਇਹ ਦਾਅਵੇ ਕੀਤੇ ਜਾ ਰਹੇ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਅਗਾਂਹ ਵੀ ਇਹਨਾਂ ਕਿਸਾਨ ਆਗੂਆਂ ਵਾਸਤੇ ਇੱਕ ਚਿੰਤਾ ਦਾ ਸਬੱਬ ਰਹੇਗੀ। ਕਿਉਂਕਿ ਦੇਖੋ, ਉੱਥੇ ਹੈ ਕੀ ਆ, ਟੈਂਟ ਨੇ, ਝੋਂਪੜੀਆਂ ਨੇ, ਛੰਨਾਂ ਨੇ, ਉਹ ਸਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਸੁੱਕਾ ਬਰੂਦ ਹੀ ਹੈ। ਰਾਤ ਬਰਾਤੇ ਜੇ ਇਸ ਤਰ੍ਹਾਂ ਦੀ ਸ਼ਰਾਰਤ, ਚਲੋ ਅੱਜ ਤਾਂ ਵੇਲਾ ਰਹਿੰਦੇ ਆ, ਇਹ ਸਾਰਾ ਕੁਛ ਠੀਕ ਹੋ ਗਿਆ, ਅੱਗ ਬੁਝਾ ਲਈ ਗਈ, ਚਲੋ ਥੋੜ੍ਹਾ ਨੁਕਸਾਨ ਹੋਇਆ ਉਹਦੀ ਭਰਪਾਈ ਹੋ ਜਾਏਗੀ, ਪਰੰਤੂ
ਜੇ ਕਿਤੇ ਰਾਤ ਬਰਾਤੇ ਇਸ ਤਰ੍ਹਾਂ ਹੋ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਹੁਣ ਪਹਿਰਾ ਪੂਰਾ ਜਿਹੜਾ ਦਿੰਦੇ ਨੇ ਕਿ ਕਿਸਾਨ ਇਹਨਾਂ ਨੂੰ ਥੋੜਾ ਹੋਰ ਅਲਰਟ ਹੋ ਕੇ ਵਧਾਉਣਾ ਪਏਗਾ, ਕਿਉਂਕਿ ਗਾਂ ਗਰਮੀ ਆ, ਗਰਮੀ ਦੇ ਵਿੱਚ ਤੁਹਾਨੂੰ ਪਤਾ ਮੋਇਸਚਰ ਘੱਟ ਜਾਂਦਾ, ਇਹ ਧੁੱਪ ਦੇ ਨਾਲ ਕਾਨੇ ਵਗੈਰਾ ਜਿਹੜੇ ਬਹੁਤ ਜ਼ਿਆਦਾ ਸੁੱਕ ਜਾਂਦੇ ਆ, ਫਿਰ ਆ ਜਿਹੜਾ ਤੁਹਾਨੂੰ ਪਤਾ ਹੀ ਆ ਤੰਬੂਆਂ ਵਗੈਰਾ ਦਾ ਜਾਂ ਟੈਂਟਾਂ ਦਾ ਜਿਹੜਾ ਕੱਪੜਾ ਹੁੰਦਾ ਇਹ ਵੀ ਹੀਟ ਦੇ ਨਾਲ ਤਪਿਆ ਹੀ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਐਕਸਟਰਾ ਹੁਣ ਪਰਹੇਜ਼ ਵੀ ਕਰਨੇ ਪੈਣਗੇ, ਗੁਰੇਜ਼ ਵੀ ਕਰਨੇ ਪੈਣਗੇ ਤੇ ਪਹਿਰੇ ਵੀ ਵਧਾਉਣੇ ਪੈਣਗੇ। ਵੈਸੇ ਉੱਥੇ ਪਹਿਰੇ ਚੱਲਦੇ ਹੁੰਦੇ ਨੇ, ਪਰ ਮੇਰੇ ਖਿਆਲ ਦੇ ਨਾਲ ਹੋਰ ਵੀ ਨਿਗਰਾਨੀ ਰੱਖਣੀ ਪਊਗੀ, ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ, ਜਿਹੜੇ ਲੋਕ ਡਿੱਗਦੇ ਆ ਫਿਰ ਉਹਨਾਂ ਦੀ ਜ਼ਮੀਰ ਦੇ ਡਿੱਗਣ ਦਾ ਕੋਈ ਤਲ ਨਹੀਂ ਹੁੰਦਾ, ਪਤਾ ਨਹੀਂ ਉਹਨਾਂ ਨੇ ਕਿੰਨੇ ਤਲ ਗਾਂ ਥੱਲੇ ਚੱਲ ਜਾਣਾ ਹੈ। ਜੀ ਬਿਲਕੁਲ ਮਿੰਟੋ ਜੀ, ਇਹ ਤਾਂ ਵਾਕਿਆ ਹੀ ਹੁਣ ਬਹੁਤ ਜ਼ਿਆਦਾ ਧਿਆਨ ਜ਼ਿਆਦਾ ਰੱਖਣ ਦੀ ਗੱਲ ਹੈਗੀ ਆ। ਅਤੇ ਅੱਜ ਸਿੱਧੂ ਨੂੰ ਲੈ ਕੇ ਬੇਲ ਨੂੰ ਲੈ ਕੇ ਆਉਣਾ ਸੀਗਾ ਮਿੰਟੂ ਜੀ, ਕੋਈ ਆਈ ਅਪਡੇਟ ਜੀ ਦੀਪ ਸਿੱਧੂ ਦੀ ਬੇਲ ਨੂੰ ਲੈ ਕੇ? ਨਹੀਂ ਦੇਖੋ, ਦੀਪ ਸਿੱਧੂ ਦੀ ਬੇਲ ਨੂੰ ਲੈ ਕੇ ਖਬਰਾਂ ਆ ਗਈਆਂ ਸੀਗੀਆਂ ਕਿ ਬੇਲ ਜਿਹੜੀ ਆ ਹੋ ਗਈ ਆ ਹੋ ਗਈ ਆ, ਪਰ ਉਹਨਾਂ ਦੇ ਸਾਥੀ ਜਿਹੜੇ ਕਿ ਮੇਰੇ ਵੀ ਜਾਣਕਾਰ ਹੈਗੇ ਆ, ਜੀ ਮੈਂ ਜਦੋਂ ਉਹਨਾਂ ਦੀ ਜਾ ਕੇ ਵਾਲ ਚੈੱਕ ਕੀਤੀ ਆ ਫੇਸਬੁੱਕ ਤੇ, ਸਟੇਟਸ ਜ਼ਰੂਰ ਸੀਗਾ, ਮੇਰੀ ਗੱਲ ਤੇ ਨਹੀਂ ਹੋ ਸਕੀ, ਪਰ ਉਹਨਾਂ ਨੇ ਜੋ ਲਿਖਿਆ ਉਹ ਕਹਿੰਦੇ ਕਿ ਅਫਵਾਹਾਂ ਤੋਂ ਗੁਰੇਜ਼ ਕਰੋ, ਕੋਰਟ ਇਸ ਟਾਈਮ ਉੱਠ ਚੁੱਕੀ ਆ, ਜਿਹੜੇ ਮਤਲਬ ਕਿ ਰੀਡਰ ਵਗੈਰਾ ਹੁੰਦੇ ਨੇ ਉਹ ਜਾ ਚੁੱਕੇ ਨੇ, ਹੁਣ ਆਨਲਾਈਨ ਅਪਡੇਸ਼ਨ ਮਿਲੇਗੀ ਕਿ ਕਿੰਨੀ ਤਰੀਕ ਪਈ ਆ, ਇਹਦਾ ਮਤਲਬ ਕਿ ਬੇਲ ਜਿਹੜੀ ਆ ਗ੍ਰਾਂਟਡ ਨਹੀਂ ਹੋਈ, ਜੇ ਬੇਲ ਗ੍ਰਾਂਟ ਕਰ ਦਿੱਤੀ ਹੁੰਦੀ ਤਾਂ ਹੁਣ ਨੂੰ ਸ਼ਾਇਦ ਉਹ ਆਰਡਰ ਜਿਹੜੇ ਆ ਉਹ ਗਾ ਪਾਸ ਆਨ ਹੋ ਜਾਣੇ ਸੀ। ਜੀ ਜੀ ਤੇ ਅਗਲੀ ਮਿੰਟ ਜੀ ਗੱਲ ਕਰੀਏ, ਪੰਜਾਬ ਸਰਕਾਰ ਕਰੇਗੀ ਕਿਸਾਨਾਂ ਦੇ ਕੇਸ ਰੱਦ? ਹਾਂਜੀ ਦੇਖੋ, ਇਹ ਕੁਛ ਕੇਸ ਤਾਂ ਹੈਗੇ ਆ ਜਿਹੜੇ ਕਿ ਕਿਸਾਨਾਂ ਤੇ ਵੱਖ ਵੱਖ ਵੇਲਿਆਂ ਤੇ ਬਣੇ ਆ, 236 ਦੇ ਕਰੀਬ ਕੇਸ ਆ, ਤੇ ਇਹਨਾਂ ਨੂੰ ਰੱਦ ਕਰਨ ਸੰਬੰਧੀ ਖੱਤ ਵੀ ਜਿਹੜਾ ਆ ਉਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ DGP ਦਿਨਕਰ ਗੁਪਤਾ ਨੂੰ ਭੇਜ ਦਿੱਤਾ, ਖੱਤ ਲਿਖ ਦਿੱਤਾ। ਵੈਸੇ ਖਤੋ ਖਤਾਬਤ ਅੱਜ ਕੱਲ੍ਹ ਤੁਹਾਨੂੰ ਪਤਾ ਚੌਕੀ ਕਰਦੇ ਪਏ ਆ ਕੈਪਟਨ ਸਾਹਿਬ, ਤਾਂ ਇਹ ਖਤੋ ਖਤਾਬਤ ਠੀਕ ਆ, ਤਾਂ ਕੁੱਲ ਜਿਹੜੇ ਇੱਕ ਕੇਸ ਆ ਇਹ 236 ਤੇ ਇਹਨਾਂ ਦੇ ਵਿੱਚੋਂ ਮੁਕਤਸਰ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਨੇ 20, ਸਾਡੇ ਜ਼ਿਲ੍ਹੇ ਦੇ ਵਿੱਚ ਯਾਨੀ ਮਾਨਸਾ ਦੇ ਵਿੱਚ 19 ਆ, ਬਠਿੰਡਾ ਦੇ ਵਿੱਚ 15 ਨੇ, ਅੰਮ੍ਰਿਤਸਰ ਦਿਹਾਤੀ ਦੇ ਵਿੱਚ ਹੈਗੇ ਆ, ਦਿਹਾਤੀ ਮਤਲਬ ਕਿ ਪੇਂਡੂ ਇਲਾਕਾ, 14, ਤੇ ਇਸ ਤੋਂ ਇਲਾਵਾ ਸੰਗਰੂਰ ਦੇ 13 ਆ, ਫਿਰੋਜ਼ਪੁਰ ਦੇ 11 ਆ, ਤੇ ਪਟਿਆਲਾ ਦੇ 9 ਕੇਸ ਆ। ਇਹ ਸਾਰੇ ਕੇਸ ਆ ਜਿਹੜੇ ਮਤਲਬ ਕਿ ਕਿਸਾਨਾਂ ਤੇ ਐਜੂਕੇਸ਼ਨ ਕਰਦੇ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਮੰਗਾਂ ਉਠਾਉਂਦੇ ਆ ਉਹਨਾਂ ਤੇ ਦਰਜ ਕੀਤੇ ਗਏ ਆ। ਹੁਣ ਕਿਉਂਕਿ ਤੁਹਾਨੂੰ ਪਤਾ ਹੀ ਆ ਇਲੈਕਸ਼ਨ ਦਾ ਵਾਰਾ ਹੈ, ਵੱਖ ਵੱਖ ਸਕੀਮਾਂ, ਵੱਖ ਵੱਖ ਵਾਅਦੇ, ਵੱਖ ਵੱਖ ਦਾਅਵੇ, ਵੱਖ ਵੱਖ ਐਲਾਨ, ਉਹ ਸਭ ਕੁਛ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਕੱਲ੍ਹ ਦਲਿਤਾਂ ਦਾ ਦਿਨ ਸੀਗਾ, ਬਹੁਤ ਜ਼ਿਆਦਾ ਦਲਿਤ ਪ੍ਰੇਮ ਵੇਖਣ ਨੂੰ ਮਿਲਿਆ। ਨਜ਼ਰ ਨਾ ਲੱਗ ਜਾਏ, ਮਿਰਚਾਂ ਮਾਰਨੀਆਂ ਚਾਹੀਦੀਆਂ, ਇਹ ਦਲਿਤ ਪ੍ਰੇਮ ਇਸੇ ਤਰ੍ਹਾਂ ਇਹਨਾਂ ਦਾ ਬਣਿਆ ਰਹੇ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕਰ ਦਿੱਤਾ ਸੀਗਾ ਦੇਰ ਸ਼ਾਮ, ਕਹਿੰਦੇ ਕਿ ਸਾਰੇ ਨਾਟਕ ਕਰਦੇ ਆ ਆਪਣੇ ਐਲਾਨ ਸੁਣੋ। ਉਹਨਾਂ ਨੇ ਵੱਖੋ ਵੱਖਰੇ ਐਲਾਨ ਕਰਦਿਆਂ ਕਹਿ ਦਿੱਤਾ ਕਿ ਹੁਣ ਜਿਹੜਾ 30% ਪੈਸਾ ਹੋਏਗਾ, ਮਤਲਬ ਕਿ ਜਿਹੜਾ 30% ਫੰਡ ਆ ਜਿਹੜਾ ਉਹ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਖਰਚਿਆ ਜਾਏਗਾ, ਮਤਲਬ ਕਿ ਇੱਕ ਹੋਰ 5 ਸਾਲ ਦਾ, ਮਤਲਬ ਕਿ 50 ਮੰਗ ਰਹੇ ਨੇ, 50 ਉਹਨਾਂ ਦਾ ਚੋਰ ਨਿਸ਼ਾਨ ਵੀ ਹੈ ਕਿ 50 ਹੋਰ ਦੇ ਦਿਓ 5 ਸਾਲ ਤੇ ਆਪਾਂ ਤੁਹਾਡੀ ਭਲਾਈ ਕਰਾਂਗੇ। ਖੈਰ ਪਤਾ ਨੀ ਹੁਣ ਲੋਕ ਦਿੰਦੇ ਨੇ 5 ਨੂੰ ਕੁਛ ਰਿਸਪੋਂਸ ਜਾਂ ਨਹੀਂ, ਪਰ ਐਲਾਨ ਇਹ ਵੀ ਕਰ ਰਹੇ ਨੇ। ਸੋ ਕਿਸਾਨ ਇਸ ਵੇਲੇ ਤੁਹਾਨੂੰ ਪਤਾ ਹੀ ਆ ਰਾਜਨੀਤੀ ਦੇ ਕੇਂਦਰੀ ਚੌਕਤੇ ਦੇ ਵਿੱਚ ਆ, ਕਿਸਾਨਾਂ ਦਾ ਇਹ ਮੁੱਦਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਬਹੁਤ ਦੇਰ ਤੱਕ ਹੀ ਇਹ ਸਦੀਮੀ ਰਹੇਗਾ, ਬਹੁਤ ਪਹਿਲਾਂ ਤੋਂ ਇਹ ਵਿਰਾਸਤ ਜਿਹੜੀ ਆ ਖੇਤੀ ਦੀ ਤੁਰੀ ਆਉਂਦੀ ਆ, ਪਰ ਖੇਤੀ ਦੀ ਵਿਰਾਸਤ ਦੇ ਨਾਲ ਨਾਲ ਖੇਤੀ ਦੀਆਂ ਆਪਣੀਆਂ ਸਮੱਸਿਆਵਾਂ ਰਹਿਣਗੀਆਂ, ਤੇ ਇਹ ਮੁੱਦਾ ਵੀ ਰਹੇਗਾ। ਸੋ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਕਿਉਂਕਿ ਪਾਵਰ ਦੇ ਵਿੱਚ ਆ, ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦਾ ਕੁਛ ਜ਼ਰੂਰ ਕਰਦੀ ਰਹੇਗੀ ਕਿ ਕਿਸਾਨਾਂ ਦੀ ਨਜ਼ਰ ਦੇ ਵਿੱਚ ਉਹ ਸਿਆਣੀ ਯਾਨੀ ਲਾਇਕ ਬਣੀ ਰਹੇ। ਜੀ 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 ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਲੱਖੇ ਸਿਧਾਣੇ ਦੇ ਭਰਾ ਨੂੰ ਦਿੱਤੇ ਸਨ ਅਣ ਮਨੁੱਖੀ ਤਸੀਹੇ, ਡਾਕਟਰ ਕਰਨਗੇ ਹੁਣ ਜਾਂਚ? ਹਾਂਜੀ ਦੇਖੋ, ਇਹ ਵੱਖ ਤੋਂ ਜਾਂਚ ਹੋਏਗੀ, ਕਿਉਂਕਿ ਅੱਜ ਬਠਿੰਡੇ ਤੋਂ ਇੱਕ ਅਖਬਾਰ ਨੇ ਜਿਹੜੀ ਖਬਰ ਲਾਈ ਆ, ਉਹਨਾਂ ਦਾ ਦਾਅਵਾ ਆ ਕਿ ਦੇਖੋ ਬਹੁਤ ਹੀ ਜ਼ਿਆਦਾ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਮੁੰਡੇ ਤੇ ਗੁਪਤ ਅੰਗ ਦੇ ਵਿੱਚ ਕਹਿੰਦੇ ਕਿ ਡੰਡਾ ਵੀ ਪਾਇਆ ਗਿਆ ਵਾ।
ਇਹ ਇੱਕ ਅਖਬਾਰ ਨੇ ਅੱਜ ਖਬਰ ਲਾਈ, ਉਹਨਾਂ ਦੇ ਪੰਜਾਬ ਪੇਜ ਤੇ ਖਬਰ ਸੀਗੀ। ਤੇ ਉਸ ਤੋਂ ਬਾਅਦ ਇਹ ਵੀ ਦਾਵਾ ਕੀਤਾ ਗਿਆ ਕਿ ਡਾਕਟਰ ਜਿਹੜੇ ਆ, ਕੋਲੋਨੋਸਕੋਪੀ ਕੋਈ ਹੁੰਦੀ ਹੈ, ਜਾਂਚ ਪੜਤਾਲ ਐਸੀ ਕੀਤੀ ਜਾਏਗੀ। ਇੱਕ ਵੈਸੇ ਵੱਖਰੀ, ਜਿਵੇਂ ਤੁਹਾਨੂੰ ਪਤਾ ਹੀ ਆ, ਸਾਡੇ ਇੱਥੇ ਹੁੰਦੀਆਂ ਇੱਕ ਸਭਾ ਹੁੰਦੀ ਹੈ, ਜਮਹੂਰੀ ਅਧਿਕਾਰ ਸਭਾ, ਉਹ ਵੀ ਆਪਣੀ ਜਾਂਚ ਕਰਦੀ ਹੈ। ਤਾਂ ਉਹਨਾਂ ਨੇ ਵੀ ਦਿੱਲੀ ਪੁਲਿਸ ਨੂੰ ਕਟਹਿਰੇ 'ਚ ਖੜਾ ਕੀਤਾ ਹੈ। ਦੇਖੋ ਮਾਮਲਾ ਬਹੁਤ ਸੰਗੀਨ ਆ, ਤੁਸੀਂ ਵੇਖਿਆ ਹੀ ਹੋਣਾ, ਮੁੰਡੇ ਤੋਂ ਤੁਰਿਆ ਨਹੀਂ ਸੀ ਜਾਂਦਾ। ਜਵਾਨ ਮੁੰਡਾ ਹੋਵੇ ਕੋਈ ਮਾੜੀ ਮੋਟੀ ਕੁੱਟ ਤੋਂ ਨਾ ਮਤਲਬ ਕਿ ਪਰਵਾਹ ਨਹੀਂ ਕਰਦਾ ਹੁੰਦਾ, ਬੱਚਾ 20-21 ਸਾਲ ਦਾ ਬਹੁਤ ਤਕੜਾ ਹੁੰਦਾ, ਬੇਸ਼ੱਕ ਚਲੋ ਬਿਮਾਰ ਬਿਮਾਰ ਹੋ ਕੇ ਹਟਿਆ, ਪਰ ਫਿਰ ਵੀ 20-22 ਸਾਲ ਦਾ ਮੁੰਡਾ ਗੱਭਰੂ ਜਿਹੜਾ ਹੁੰਦਾ ਕੁੱਟ ਸਹਿ ਜਾਂਦਾ ਹੈ, ਮਾੜੀ ਮੋਟੀ ਕੁੱਟ ਸਹਿ ਜਾਂਦਾ, ਪਰਵਾਹ ਹੀ ਨਹੀਂ ਕਰਦਾ। ਪਰ ਤੁਸੀਂ ਉਹ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਉਹਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀਗਾ। ਮਾਮਲਾ ਗੰਭੀਰ ਹੈ, ਚਲੋ ਅਖਬਾਰਾਂ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ, ਆਪੋ ਆਪਣੇ ਖੋਜ ਤੋਂ, ਆਪੋ ਆਪਣੇ ਹਵਾਲਿਆਂ ਤੋਂ, ਆਪੋ ਆਪਣੇ ਸੋਰਸਸ ਤੋਂ ਦਾਵਾ ਕਰਦੀਆਂ ਨੇ, ਪਰ ਵਾਕਿਆ ਉਸ ਮੁੰਡੇ ਦੇ ਨਾਲ ਹੋਈ ਜੱਗੋ ਤੇਰਵੀਂ ਆ। ਕਿਉਂ? ਕਿਉਂਕਿ ਹੁਣ ਜੇ ਤੁਸੀਂ ਪਟਿਆਲੇ ਪੁਲਿਸ ਦਾ ਵੀ ਰੁੱਖ ਦੇਖੋਗੇ, ਉਹਨਾਂ ਨੇ ਰੁੱਖਾ ਘੱਲ ਦਿੱਤਾ, ਚਿੱਠੀ ਘੱਲ ਦਿੱਤੀ ਆ, ਮਤਲਬ ਕਿ ਜੋ MLR ਹੁੰਦੀ ਆ ਉਹ ਘੱਲ ਦਿੱਤੀ ਕਿ ਲਓ ਬਾਈ ਮੁੰਡੇ ਦੇ ਸੱਟਾਂ ਲੱਗੀਆਂ, ਪਰ ਮਾਮਲਾ ਆਪ ਦਰਜ ਨਹੀਂ ਕੀਤਾ ਉਹਨਾਂ ਨੇ। ਜਦਕਿ ਜਿਵੇਂ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ, ਜਿਵੇਂ ਜੇ ਤੁਸੀਂ ਕਾਨੂੰਨੀ ਮਾਹਰਾਂ ਦੇ ਨਾਲ ਗੱਲ ਕਰੋਗੇ ਤਾਂ ਉਹ ਕਹਿੰਦੇ ਆ ਕਿ ਮਾਮਲਾ ਬਣਦਾ ਹੈ, ਕਿਉਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ, 366 ਦਾ ਮਾਮਲਾ ਬਣਦਾ ਹੈ, ਇਹ ਬੰਦਾ ਚੁੱਕਣ ਦਾ ਮਾਮਲਾ ਬਣਦਾ, ਪੰਜਾਬ ਪੁਲਿਸ ਮਾਮਲਾ ਦਰਜ ਕਰ ਸਕਦੀ ਹੈ। ਤਾਂ ਇੱਥੇ ਮਾਮਲਾ ਦਰਜ ਕਰਨ ਦੀ ਥਾਂ ਤੇ ਹੁਣ ਤੁਸੀਂ ਦੇਖੋ ਕਿੰਨੇ ਦਿਨ ਹੋ ਗਏ ਆ, ਹਜੇ ਪੂਰਾ ਡਾਕਟਰੀ ਜਾਂਚ ਵਾਲਾ ਕੰਮ ਨਹੀਂ ਨਿਬੜ ਰਿਹਾ। ਸੋ ਸਾਰੀ ਜਾਂਚ ਹੋ ਜਾਣੀ ਚਾਹੀਦੀ ਸੀ, ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀਗੀ। ਜੇ ਇਸ ਤਰ੍ਹਾਂ ਦਾ ਜਿਵੇਂ ਅਖਬਾਰਾਂ ਦੇ ਵਿੱਚ ਆ ਰਿਹਾ, ਜੇ ਇਸ ਤਰ੍ਹਾਂ ਦਾ ਕੁਛ ਹੈ ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਵੀ ਨੋਟਿਸ ਲੈਣਾ ਚਾਹੀਦਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਤੱਕ ਨਹੀਂ ਕੀਤਾ, ਮੇਰੀ ਤਾਂ ਦ੍ਰਿਸ਼ਟੀਗੋਚਰ ਨਹੀਂ ਹੈ, ਜੇ ਤੁਸੀਂ ਕਿਤੇ ਵੇਖਿਆ ਹੋਵੇ ਤੇ ਮੈਨੂੰ ਕਰੈਕਟ ਕਰ ਦੇਣਾ। ਆਮ ਤੌਰ ਤੇ ਜੇ ਕੋਈ ਗੈਂਗਸਟਰ ਮਾਰ ਦਿੰਦੀ ਆ ਪੁਲਿਸ ਤੇ ਉਹਦਾ ਵੀ ਟਵੀਟ ਦੇ ਦਿੰਦੇ ਆ ਵਧਾਈ ਦਾ, ਛੋਟੀਆਂ ਛੋਟੀਆਂ ਗੱਲਾਂ ਤੇ ਟਵੀਟ ਦੇ ਦਿੰਦੇ ਨੇ, ਨੂਰ ਦੇ ਜਨਮ ਦਿਨ ਤੇ ਵੀ ਵਧਾਈ ਦੇ ਦਿੰਦੇ ਨੇ, ਬਹੁਤ ਮੌਕਿਆਂ ਤੇ ਲਾਈਵ ਹੋ ਜਾਂਦੇ ਨੇ। ਤਾਂ ਕੀ ਗੱਲ ਆ, ਹੁਣ ਉਹਨਾਂ ਦਾ ਡਾਟਾ ਪੈਕ ਖਤਮ ਹੋਇਆ, ਹੁਣ ਤੇ ਉਹਨਾਂ ਨੂੰ ਲਾਈਵ ਹੋ ਜਾਣਾ ਚਾਹੀਦਾ ਜਾਂ ਟਵੀਟ ਕਰਨਾ ਚਾਹੀਦਾ ਕਿ ਭਾਈ ਤੁਸੀਂ ਕੌਣ ਹੁੰਦੇ ਹੋ, ਬੜਕ ਮਾਰਨ ਮਾੜੀ ਜੀ, ਇਹ ਸਾਨੂੰ ਡਰਾਉਣ ਜੋਗੇ ਹੈਗੇ। ਮੈਂ ਕਰ ਦੂ, ਮੈਂ ਕਰ ਦੂ, ਮੈਂ ਕਰ ਦੂ, ਮੈਂ ਫੌਜੀ ਹੁੰਦਾ, ਮੈਂ ਉਹਨਾਂ ਨੂੰ ਕਹੋ ਨਾ ਕਿ ਮੈਂ ਕੌਣ ਆ, ਦੱਸੋ ਉਹਨਾਂ ਨੂੰ ਕਿ ਹਾਂ ਬਾਈ ਤੁਸੀਂ ਕੌਣ ਹੋ, ਸਾਡਾ ਮੁੰਡਾ ਚੱਕਣ ਵਾਲੇ ਭਾਈ ਕੌਣ, ਤੁਹਾਡੇ ਤੇ ਮਾਮਲਾ ਦਰਜ ਕਰਾਂਗੇ, ਤੁਹਾਡੇ ਬੰਦੇ ਐਂ ਚੱਕ ਕੇ ਲਿਆਵਾਂਗੇ ਅਸੀਂ, ਤੁਸੀਂ ਤਾਂ ਨਜਾਇਜ਼ ਚੱਕ ਕੇ ਲੈ ਕੇ ਗਏ ਹੋ, ਅਸੀਂ ਕੋਰਟ ਤੋਂ ਪਰਮਿਸ਼ਨ ਲੈ ਕੇ ਵਾਰੰਟ ਲੈ ਕੇ ਐਂ ਚੱਕ ਕੇ ਲਿਆਵਾਂਗੇ, ਜ਼ਿੰਮੇਵਾਰ ਤੁਹਾਡੇ ਬੰਦੇ, ਸਾਡੇ ਹਵਾਲੇ ਕਰੋ, ਸੋ ਆਪੇ ਪਤਾ ਲੱਗ ਜਾਏ, ਕੰਨ ਹੋ ਜਾਣ। ਸੋ ਦਿੱਲੀ ਪੁਲਿਸ ਉਦਣ ਵੀ ਦੱਸਦੇ ਆ, ਮੇਰੀ ਗੱਲ ਹੋ ਰਹੀ ਸੀਗੀ ਅੱਜ ਲੱਖੇ ਸਿਧਾਣੇ ਦੇ ਨੇੜਲੇ ਇੱਕ ਸ਼ਖਸ ਦੇ ਨਾਲ, ਚਲੋ ਨਾ ਪਰ ਵੀ ਨਹੀਂ ਕਰਦੇ, ਤਾਂ ਉਹਨੇ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਦੋ ਮੁੰਡੇ ਹੋਰ ਫੜਨੇ ਸੀਗੇ ਉੱਥੇ। ਅੱਛਾ ਜੀ, ਦੋ ਮੁੰਡੇ ਦਿੱਲੀ ਪੁਲਿਸ ਨੇ ਹੋਰ ਫੜੇ, ਉਹ ਮਸਾਂ ਛਡਾਏ ਆ, ਹਾਲਾਂਕਿ ਉਹ ਗੱਲ ਬਾਹਰ ਨਹੀਂ ਆਈ, ਕੁੱਟਮਾਰ ਤੋਂ ਤਾਂ ਬਚੇ ਆ, ਪਰ ਦੱਸਦੇ ਆ ਕਿ ਦੋ ਬੰਦੇ ਉਸ ਤੋਂ ਬਾਅਦ ਵੀ ਚੱਕੇ ਗਏ ਆ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਬੜੀ ਮਾੜੀ ਗੱਲ ਆ ਪੰਜਾਬ ਸਰਕਾਰ ਵਾਸਤੇ, ਜਦੋਂ ਮਾਮਲਾ ਬਣਦਾ ਅਸੀਂ ਨਹੀਂ ਕਹਿੰਦੇ ਕਿ ਕੋਈ ਨਜਾਇਜ਼ ਕਰੋ, ਜੇ ਮਾਮਲਾ ਬਣਦਾ ਮੁੰਡਾ ਚੁੱਕਿਆ ਤਾਂ ਮਾਮਲਾ ਜਿਹੜਾ ਬਣਾਉਣ ਤੋਂ ਕਿਉਂ ਡਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਇਹ ਸਮਝ ਤੋਂ ਪਰੇ ਦੀ ਗੱਲ ਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰੀਏ ਤਾਂ ਕਹਿੰਦੇ ਵਿਰਸਾ ਸਿੰਘ ਵਲਟੋਹਾ ਡਾਕਟਰ ਤ੍ਰੇਹਨ ਕਤਲ ਮਾਮਲੇ ਵਿੱਚੋਂ ਬਰੀ। ਹਾਂਜੀ, 38 ਸਾਲ ਪੁਰਾਣਾ ਮਾਮਲਾ ਸੀਗਾ, ਤੁਹਾਨੂੰ ਯਾਦ ਹੋਣਾ ਕਿ ਜਦੋਂ ਦਾਗੀਆਂ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ, ਤਾਂ ਇਸ ਮਾਮਲੇ ਨੂੰ ਦੇਖ ਕੇ ਸੁਪਰੀਮ ਕੋਰਟ ਵੀ ਦੰਗ ਰਹਿ ਗਿਆ ਸੀਗਾ ਕਿ ਕਿਸੇ ਨੁਮਾਇੰਦੇ ਤੇ 38 ਸਾਲ ਪੁਰਾਣਾ ਮੁਕੱਦਮਾ ਚੱਲ ਰਿਹਾ, ਭਾਈ ਇਹ ਕੀ ਆ। ਉਸ ਤੋਂ ਬਾਅਦ ਇਹ ਮਾਮਲਾ ਫਿਰ ਸੁਰਖੀਆਂ 'ਚ ਆਇਆ ਸੀ, ਪਰ ਤੁਹਾਨੂੰ ਯਾਦ ਹੋਣਾ ਇਹ ਸੁਰਖੀਆਂ 'ਚ ਉਸ ਵੇਲੇ ਮਾਮਲਾ ਆਇਆ ਸੀਗਾ ਜਦੋਂ ਕੁਛ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਵਿਰਸਾ ਸਿੰਘ ਵਲਟੋਆ ਦੇ ਖਿਲਾਫ਼ ਚਲਾਨ ਪੇਸ਼ ਕਰ ਦਿੱਤਾ ਸੀਗਾ। ਤੇ ਹੁਣ ਇਸ ਚਲਾਨ ਦਾ ਟ੍ਰਾਇਲ ਹੋਇਆ, ਟ੍ਰਾਇਲ ਦੇ ਵਿੱਚੋਂ ਵਿਰਸਾ ਸਿੰਘ ਵਲਟੋਆ ਬਾਇਜ਼ਤ ਬਰੀ ਹੋ ਗਏ ਨੇ। ਹੁਣ ਮੂੰਹ ਤਾਂ ਮਿੱਠਾ ਉਹਨਾਂ ਨੇ ਕੀਤਾ ਹੋਏਗਾ, ਬੜੀ ਰਿਲੀਫ ਮਿਲਦੀ ਹੈ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੇ ਕੇਸ ਦੇ ਵਿੱਚੋਂ ਬਰੀ ਹੋ ਜਾਂਦਾ, ਖਾਸ ਤੌਰ ਤੇ ਮਰਡਰ ਦਾ ਕੇਸ ਹੋਵੇ ਔਰ ਤੁਸੀਂ ਇੱਕ ਪਬਲਿਕ ਫਿਗਰ ਹੋਵੋ, ਤੁਹਾਡਾ ਕੈਰੀਅਰ ਦਾ ਤੇ ਲੱਗਾ ਹੋਵੇ, ਤਾਂ ਉਦੋਂ ਤੁਹਾਨੂੰ ਖੁਸ਼ੀ ਤਾਂ ਮਹਿਸੂਸ ਹੁੰਦੀ ਹੈ ਜਦੋਂ ਇੱਡੀ ਵੱਡੀ ਰਿਲੀਫ ਮਿਲੇ। ਤਾਂ ਤਰਨ ਤਾਰਨ ਸੈਸ਼ਨ ਕੋਰਟ ਨੇ ਇਹਨਾਂ ਨੂੰ ਰਾਹਤ ਦਿੱਤੀ ਆ, ਤੇ ਮੂੰਹ ਮਿੱਠਾ ਕਰਦੇ ਇਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੇ ਪੱਤਰਕਾਰਾਂ ਨੇ ਉਸ ਟਾਈਮ ਗਲਤ ਰਿਪੋਰਟਿੰਗ ਕੀਤੀ ਆ, ਤਥਹੀਨ ਰਿਪੋਰਟਾਂ ਪੇਸ਼ ਕੀਤੀਆਂ ਨੇ,
ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਤਾਂ ਇਸ ਗੱਲ ਦੀ ਪੁਸ਼ਟੀ ਇਹਨਾਂ ਦੇ ਵਕੀਲ ਨੇ ਵੀ ਕੀਤੀ ਆ। ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਗਲਤ ਰਿਪੋਰਟਿੰਗ ਕੀਤੀ ਆ ਅਸੀਂ ਉਹਨਾਂ ਦੇ ਖਿਲਾਫ ਡੈਫਾਮੇਸ਼ਨ ਪਾਵਾਂਗੇ। ਸੋ ਚਲੋ ਇਹ ਇਹਨਾਂ ਦਾ ਆਪਣਾ ਅਧਿਕਾਰ ਆ, ਜੋ ਮਰਜ਼ੀ ਇਹ ਕਰ ਸਕਦੇ। ਪਰ ਮੇਰੇ ਖਿਆਲ ਦੇ ਨਾਲ ਦੇਖੋ ਉਸ ਟਾਈਮ ਜਦੋਂ ਗੱਲ ਨਿਕਲੀ ਆ ਤਾਂ ਖਬਰਾਂ ਤਾਂ ਲੱਗਦੀਆਂ ਹੀ ਆ। ਚਲੋ ਠੀਕ ਹੈ, ਕਿਸੇ ਗੱਲ ਤੇ ਜੇ ਕੋਈ ਨਾਰਾਜ਼ਗੀ ਹੋਵੇ ਤੁਸੀਂ ਆਪਣਾ ਸਪਸ਼ਟੀਕਰਨ ਦੇ ਸਕਦੇ ਹੋ। ਪਰ ਜੇ ਕਿਸੇ ਨੇ ਇੱਕ ਪਾਸਵਰਡ ਰਿਪੋਰਟਿੰਗ ਕੀਤੀ ਆ ਉਹ ਵੀ ਗਲਤ ਗੱਲ ਆ। ਪਰ ਮੇਰੇ ਖਿਆਲ ਦੇ ਨਾਲ ਜੇ ਇਸ ਗੱਲ ਦਾ ਲਾਂਭਾ ਰੱਖਣਾ ਕਿ ਹਾਂ ਰਿਪੋਰਟਿੰਗ ਕੀਤੀ ਕਿਉਂ, ਤਾਂ ਉਹ ਮੇਰੇ ਖਿਆਲ ਦੇ ਨਾਲ ਗੈਰ ਬਾਜ ਹੋ ਗਿਆ। ਰਿਪੋਰਟਿੰਗ ਤੱਥਹੀਣ ਨਹੀਂ ਹੋਣੀ ਚਾਹੀਦੀ, ਤੱਥਾਂ ਆਧਾਰਿਤ ਰਿਪੋਰਟਿੰਗ ਜਿਹੜੀ ਉਹ ਤਾਂ ਇਹਨਾਂ ਕੇਸਾਂ ਦੀ ਹੋਏਗੀ ਹੋਏਗੀ। ਖੈਰ ਇਹ ਇਹਨਾਂ ਦਾ ਆਪਣਾ ਜਾਤੀਗਤ ਮਾਮਲਾ, ਦੇਖਦੇ ਹਾਂ ਕੀ ਬਣਦਾ। ਪਰ ਕੁੱਲ ਮਿਲਾ ਕੇ ਕਹਿ ਸਕਦੇ ਹੋ ਕਿ ਬਹੁਤ ਵੱਡੀ ਰਿਲੀਫ ਹੈ, ਬਹੁਤ ਵੱਡੀ ਰਾਹਤ ਹੈ ਵਿਰਸਾ ਸਿੰਘ ਮਲਟੋਆ ਵਾਸਤੇ। ਜੀ ਜੀ ਜੀ, ਨੰਬੀ ਨਰਾਇਣ ਦਾ ਮਾਮਲਾ ਸੁਪਰੀਮ ਕੋਰਟ ਨੇ ਸੀਬੀਆਈ ਦੇ ਹਵਾਲੇ ਕਰ ਦਿੱਤਾ ਜੀ। ਦੇਖੋ ਇਸ ਮਾਮਲੇ ਤੇ ਨਾ ਇੱਕ ਮੇਰੇ ਖਿਆਲ ਦੇ ਨਾਲ ਵੈਬ ਸੀਰੀਜ਼ ਆ ਰਹੀ ਆ, ਤੁਸੀਂ ਉਹ ਵੀ ਦੇਖ ਸਕਦੇ, ਬਹੁਤ ਜਲਦੀ ਆ ਰਹੀ ਆ। ਵੈਬ ਸੀਰੀਜ਼ ਮੈਂ ਵੀ ਦੇਖੂੰਗਾ, ਬਹੁਤ ਦੇਖਣ ਵਾਲੀ, ਕਮਾਲ ਦੀ ਹੋਏਗੀ ਵੈਬ ਸੀਰੀਜ਼, ਕਿਉਂਕਿ ਮਾਮਲਾ ਹੀ ਬਹੁਤ ਹਾਈ ਪ੍ਰੋਫਾਈਲ, ਬਹੁਤ ਭੇਤ ਭਰਿਆ, ਬੜਾ ਜਿੱਦਾਂ ਕਹੀਏ ਨਾ ਕਿ ਥ੍ਰਿਲਰ ਹੈ, ਸਸਪੈਂਸ ਵਾਲਾ ਆ, ਕਿ ਪਤਾ ਹੀ ਨਹੀਂ ਲੱਗਦਾ ਪਿਆ ਕਿ ਕੀ ਕੁਛ ਹੋਇਆ। ਸੋ ਇਹ ਮਾਮਲਾ ਸੀਗਾ 1994 ਦਾ। ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸ ਦਿੰਦਾ, ਵੈਸੇ ਜਿਹੜੇ ਵਿਗਿਆਨ ਦੀ ਦੁਨੀਆ ਨਾਲ ਵਾਸਤਾ ਰੱਖਦੇ ਉਹਨਾਂ ਨੂੰ ਇਹ ਨਾਂ ਜਿਹੜਾ ਗੁੱਜਾ ਨਹੀਂ ਹੋਏਗਾ। ਨੰਬੀ ਨਰਾਇਣ ਬਹੁਤ ਵੱਡਾ ਨਾਮ ਹੈ, ਬਹੁਤ ਵੱਡੇ ਵਿਗਿਆਨਕ ਸਨ, ਇੰਡੀਆ ਦੇ ਸਾਇੰਸਦਾਨ ਸੀਗੇ, ਸੋ ਕੰਮ ਕਰਦੇ ਸੀਗੇ। ਮਾਮਲਾ ਕੀ ਸੀਗਾ ਕਿ 1994 ਦੇ ਵਿੱਚ ਜਸੂਸੀ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਲੀਲ ਕਰਕੇ ਅਰੈਸਟ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੜਾਇਆ ਗਿਆ। ਉਸ ਤੋਂ ਬਾਅਦ ਚਲੋ ਬਰੀ ਹੋ ਗਏ। ਮਾਮਲਾ ਕੁਛ ਇਸ ਤਰ੍ਹਾਂ ਦਾ ਸੀਗਾ, ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸ ਦਿੰਦਾ, ਮੌਕੇ ਆਪਾਂ ਤਫਸੀਲ 'ਚ ਨਹੀਂ ਜਾਂਦੇ। ਮਾਮਲਾ ਇਹ ਸੀਗਾ ਕਿ ਇਹ ਇਸਰੋ ਦੇ ਵਿੱਚ ਕੰਮ ਕਰਦੇ ਸੀਗੇ ਤੇ ਇਹਨਾਂ ਦੇ ਦੋਸ਼ ਇਹ ਲੱਗਾ ਸੀਗਾ ਕਿ ਚਾਰ ਜਾਣੇ ਸੀ ਸ਼ਾਇਦ, ਦੋ ਵਿਗਿਆਨਕ ਸੀਗੇ ਤੇ ਦੋ ਮਾਲਦੀਪ ਦੀਆਂ ਔਰਤਾਂ ਸੀਗੀਆਂ। ਇਹਨਾਂ ਚਾਰਾਂ ਨੇ ਜਿਹੜੇ ਖੁਫੀਆ ਦਸਤਾਵੇਜ਼ ਵਗੈਰਾ ਜੋ ਵੀ ਹੁੰਦੇ ਆ, ਕਿਉਂਕਿ ਉਸ ਸਮੇਂ ਕੁਛ ਸੈਟੇਲਾਈਟ ਦੇ ਨਾਲ ਜੁੜਿਆ ਕੋਈ ਇਹਨਾਂ ਦਾ ਮਿਸ਼ਨ ਸੀਗਾ, ਉਹਦੀ ਕੋਈ ਇਨਫੋਰਮੇਸ਼ਨ ਜਿਹੜੀ ਆ ਲੀਕ ਕੀਤੀ। ਮਤਲਬ ਕਿ ਇਹ ਮਾਮਲਾ ਸੀ ਕੁੱਲ ਮਿਲਾ ਕੇ ਮੋਟਾ ਮੋਟਾ। ਤੇ ਇਸ ਤਰ੍ਹਾਂ ਇੱਕ ਨੰਬੀ ਨਰਾਇਣ ਤੇ ਇਨਕੁਆਰੀ ਖੁੱਲੀ, ਬਹੁਤ ਜਲਦੀ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਨਾਲ ਦੀ ਨਾਲ ਜੇਲ੍ਹ 'ਚ ਸੜਾ ਦਿੱਤਾ ਗਿਆ। ਚਲੋ ਫਿਰ ਉਸ ਤੋਂ ਬਾਅਦ ਮਾਮਲੇ ਨੇ ਕਰਵਟ ਲਈ, ਨੰਬੀ ਨਰਾਇਣ ਜਿਹੜੇ ਸੀਗੇ ਉਹ ਬਰੀ ਹੋ ਗਏ। ਪਰ ਉਹਨਾਂ ਨੇ ਇੱਕ ਲੜਾਈ ਲੜੀ, ਉਹਨਾਂ ਨੂੰ ਜੋ ਗਦਾਰ ਕਿਹਾ ਗਿਆ, ਜੋ ਉਹਨਾਂ ਦਾ ਕੈਰੀਅਰ ਬਰਬਾਦ ਹੋ ਗਿਆ। ਤੁਸੀਂ ਸਮਝ ਸਕਦੇ ਹੋ ਕਿ ਇੱਕ ਵਿਗਿਆਨੀ ਜਦੋਂ ਇਸ ਤਰ੍ਹਾਂ ਫੜਿਆ ਜਾਂਦਾ ਤੇ ਜੇ ਸ਼ੁਕਰ ਕਰੋ ਉਦੋਂ ਫੇਸਬੁੱਕ ਹੁੰਦਾ ਤੇ ਆਪਣੇ ਫੇਸਬੁੱਕੀ ਵਿਦਵਾਨਾਂ ਨੇ ਤਾਂ ਹੋ ਸਕਦਾ ਸੀ ਵਿਗਿਆਨੀ ਨੂੰ ਮਰਨ ਤੇ ਮਜਬੂਰ ਕਰ ਦਿੱਤਾ ਹੁੰਦਾ। ਇਹ ਤੇ ਇੰਨੀ ਜ਼ਿਆਦਾ ਲੱਥੀ ਲਾਈ ਕਰਦੇ, ਆਪਾਂ ਨੂੰ ਸਭਨਾਂ ਨੂੰ ਪਤਾ ਹੀ ਹੈ ਨਾ, ਉਸ ਟਾਈਮ ਤੇ ਇਹ ਸਭ ਕੁਛ ਹੈ ਨਹੀਂ ਸੀਗਾ। ਪਰ ਬਾਵਜੂਦ ਇਸ ਤੇ ਨੰਬੀ ਨਰਾਇਣ ਦੀ ਛਵੀ ਬਹੁਤ ਜ਼ਿਆਦਾ ਮਿੱਟੀ ਕੀਤੀ ਗਈ ਸੀ ਮੀਡੀਆ ਵੱਲੋਂ, ਸਰਕਾਰਾਂ ਵੱਲੋਂ। ਕੇਰਲ ਸਰਕਾਰ ਨੇ ਸ਼ੁਰੂ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਸੀ, ਪਰ ਬਾਅਦ ਦੇ ਵਿੱਚ ਸੀਬੀਆਈ ਨੇ ਆਪਣੀ ਪੜਤਾਲ 'ਚ ਆਖਿਆ ਸੀਗਾ ਕਿ 1994 ਦੇ ਵਿੱਚ ਕੇਰਲ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨੇ ਨਾਰਾਇਣਨ ਦੀ ਗੈਰ ਕਾਨੂੰਨੀ ਜਿਹੜੀ ਗ੍ਰਿਫਤਾਰੀ ਕੀਤੀ ਆ ਉਹਦੇ ਵਾਸਤੇ ਉਹ ਜ਼ਿੰਮੇਵਾਰ ਆ। ਮਤਲਬ ਕਿ ਸੀਬੀਆਈ ਇਨਕੁਆਇਰੀ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਉਹ ਸਾਫ਼ ਹੋ ਗਈ ਸੀਗੀ। ਸੋ ਉਹ ਤੋਂ ਬਾਅਦ ਇਹਨਾਂ ਨੇ ਇੱਕ ਲੜਾਈ ਲੜੀ। ਦੇਖੋ ਇਹ ਵੀ ਇੱਕ ਬਹੁਤ ਜ਼ਰੂਰਤ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਬਰੀ ਹੋ ਜਾਂਦੇ ਹੋ ਤੁਸੀਂ ਟਿਕ ਕੇ ਨਹੀਂ ਬਹਿੰਦੇ, ਤੁਸੀਂ ਕਹਿੰਦੇ ਕਿ ਮੇਰੇ ਨਾਲ ਨਜਾਇਜ਼ ਹੋਈ ਆ ਤਾਂ ਮੈਂ ਇਸ ਚੀਜ਼ ਦੀ ਭਰਪਾਈ ਕਰੂੰਗਾ। ਪਿੱਛੇ ਜੇ ਇੱਕ ਕੇਸ ਵੇਖਿਆ ਸੀਗਾ ਨਾ, ਸਰਬਜੀਤ ਸਿੰਘ ਵੇਰਕਾ ਹੋਰਾਂ ਨੇ ਲੜਾਈ ਲੜੀ ਸੀਗੀ, ਬਹੁਤ ਵੱਡੇ ਉਹ ਐਕਟਿਵਿਸਟ ਨੇ, ਕਹਿ ਲਓ ਕਿ ਮਨੁੱਖੀ ਅਧਿਕਾਰਾਂ ਦੇ ਵਕੀਲ ਨੇ ਪੇਸ਼ੇ ਤੋਂ। ਤਾਂ ਉਹਨਾਂ ਨੇ ਵੀ ਲੜਾਈ ਲੜੀ ਸੀਗੀ ਕਿਉਂਕਿ ਜਦੋਂ ਖਾਲੜਾ ਜੀ ਦਾ ਕੇਸ ਲੜਿਆ ਜਾ ਰਿਹਾ ਸੀਗਾ ਤਾਂ ਜਿਹੜੇ ਲੋਕਾਂ ਤੇ ਉਸ ਸਮੇਂ ਬੜੇ ਗੰਭੀਰ ਦੋਸ਼ ਲਾ ਕੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਸੀਗੇ ਤਾਂ ਉਹਨਾਂ ਵਿੱਚ ਉਹ ਵੀ ਸ਼ਾਮਿਲ ਸੀਗੇ, ਤਾਂ ਉਹ ਬਰੀ ਹੋ ਗਿਆ ਸੀ। ਪਰ ਬਾਵਜੂਦ ਇਸ ਤੇ ਬਰੀ ਹੋ ਕੇ ਉਹਨਾਂ ਨੇ ਜਾਨ ਨਹੀਂ ਛੱਡੀ, ਤਾਂ ਹੁਣ ਮੁਆਵਜ਼ਾ ਮਿਲਿਆ ਉਹਨਾਂ ਨੂੰ 13 ਲੱਖ ਰੁਪਇਆ। ਤਾਂ ਇਸੇ ਤਰ੍ਹਾਂ ਇਹਨਾਂ ਨੇ ਵੀ ਕੇਸ ਕੀਤਾ ਹੋਇਆ ਸੀਗਾ ਪਿਛਲੇ ਸਾਲ, ਸ਼ਾਇਦ ਤੁਸੀਂ ਕਿਤੇ ਖਬਰ ਗਾਏ ਬਗਾਏ ਦੇਖੀ ਹੋਵੇ ਤਾਂ ਹਾਈ ਕੋਰਟ ਨੇ, ਸੋਰੀ ਸੁਪਰੀਮ ਕੋਰਟ ਨੇ ਹੀ ਇਹਨਾਂ ਨੂੰ ਤਕਰੀਬਨ 1.25 ਕਰੋੜ ਰੁਪਇਆ ਜਿਹੜਾ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਸੀਗਾ। ਤਾਂ ਇਸ ਤੋਂ ਬਾਅਦ ਹੁਣ ਮਾਮਲਾ ਜਿਹੜਾ ਉਹ ਇਹ ਆ
कि सुप्रीम कोर्ट ने आख्या कि नहीं मुआवजा भी नहीं, जो इन्होंने जिल्लत झली आ जो इन्होंने तकलीफ झली आ वो इस तरह नहीं है, ठीक है मुआवजा कंपलसरी तो उन्होंने कर दिता। जेड़े लोग जिम्मेवार आ जिन्होंने नंबी नारायण जी को क्योंकि दसते हैं कि इन्हों के नाल दिया नहीं सब कुछ जिन्होंने षड्यंत्र कह देंगे अंग्रेजी दे विच ते आपां कह दिंदे आ कि सारी बुनती बुनी, ये जी सारी बुनती बुनी सी ये नाल दिया ने बुनी सी क्या जाता है थ्यूरी है एक तरह कह लो सोच है। तो हूँ सुप्रीम कोर्ट ने कहा कि लभो भाई वह बंदे कौन है कि लियाओ वो जिन्होंने नंबी नारायण जी का सारा करियर है जोड़ा चौपट कर दिता। केस प्रोफाइल तुम्हें मैं दस देना कि नवंबर 94 च गिरफ्तारी तो बाद दिसंबर सीबीआई ने पड़ताल दी गई थी, पुलिस के बाद सीबीआई ने मामले की जांच जो की सबूत जड़े आ वो नहीं मिले, 50 दिन की कैद तो बाद नारायणन को जनवरी 1995 च जमानत मिली सी, अप्रैल 1996 च सीबीआई ने मनिया कि मामला फर्जी है केस बंद कर दिता जाए, उन्होंने कोर्ट कोल गुहार लाई। मई 1996 में मजिस्ट्रेट अदालत ने मामला खारिज कर दिता ते सारे जिन्हें दोषियां सीगे उन्होंने बरी कर दिता। 96 दे विच फिर जो कामरेडा की सरकार आई इन्हें मामला दोबारा खोल के जांच शुरू कर दिती ते 1998 विच सुप्रीम कोर्ट ने दोबारा मामला रद्द करके दोबारा सारे दोषियां नू बरी कर दिता। जी 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 मिंटू जी अगली गल करिए, फ्रांस ने अपने नागरिकां नू तुरंत पाकिस्तान नू छड्डण दे लई किया, सिख श्रद्धालु सुरक्षित? हाँ जी देखो क्योंकि सिख श्रद्धालुआं दा भी जत्था गया हुआ ना उधर, क्योंकि शुरुआती दौर दे विच उत्थे हिंसा चल रही है ना, शुरुआती दौर दे विच की होया सीगा कि एक रात संगत नू एक गुरु घर दे विच कटणी पई सी शायद लाहौर, पर बाद दे विच ओ जिहड़ा भी उहनां दा तय रूट सीगा ਉਹਦੇ ਤੇ ਰਵਾਨਾ ਹੋ ਗਏ ਸੀਗੇ। ਸੋ ਥੋੜੀ ਚਿੰਤਾ ਤੇ ਬਣਦੀ ਹੈ, ਭਾਰਤ ਸਰਕਾਰ ਵੀ ਚਿੰਤਾ ਜਤਾ ਰਹੀ ਸੀਗੀ, ਪਰ ਸਿੱਖ ਜਿਹੜੇ ਸ਼ਰਧਾਲੂ ਤੁਹਾਨੂੰ ਪਤਾ ਆਮ ਤੌਰ ਤੇ ਪਾਕਿਸਤਾਨ ਦੇ ਵਿੱਚ ਸੇਫ ਹੀ ਰਹਿੰਦੇ ਨੇ, ਕੋਈ ਏਡਾ ਅੱਜ ਤੱਕ ਦਾ ਕੋਈ ਐਸਾ ਹੈ ਨਹੀਂ ਗਾ ਚਿੰਤਾਜਨਕ ਸਬੱਬ ਜਿਹੜਾ ਥੋੜਾ ਚਿੰਤਾ ਤੁਰ ਕਰੇ, ਪਰੰਤੂ ਉੱਥੇ ਹਾਲਾਤ ਠੀਕ ਨਹੀਂ ਹੈ ਕੁੱਲ ਮਿਲਾ ਕੇ ਮੰਨਣਾ ਪਏਗਾ, ਉੱਥੇ ਵਾਇਲੈਂਸ ਚੱਲ ਰਹੀ ਆ ਘਰੇਲੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਾਨਾ ਜੰਗੀ ਬਣੀ ਪਈ ਆ, ਤਕਰੀਬਨ 7 ਦੇ ਕਰੀਬ ਮੌਤ ਜਿਹੜੀ ਹੈ ਉਹ ਹੁਣ ਦੇ ਸਮਾਚਾਰ ਆ। ਇਸ ਤੋਂ ਇਲਾਵਾ ਹੁਣ ਜਿਹੜੀ ਤਾਜ਼ਾ ਗੱਲ ਆ ਕਿ ਫਰਾਂਸ ਨੇ, ਕਿਉਂਕਿ ਮਸਲਾ ਫਰਾਂਸ ਨਾਲ ਹੀ ਜੁੜਿਆ ਤੁਹਾਨੂੰ ਪਤਾ, ਉਹਨਾਂ ਦੇ ਰਾਸ਼ਟਰਪਤੀ ਨੇ ਕੁਛ ਕਾਨੂੰਨ ਲਿਆਂਦੇ, ਕੁਛ ਟਿੱਪਣੀਆਂ ਕੀਤੀਆਂ ਸੀ ਇਸਲਾਮ ਪ੍ਰਤੀ, ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਸੱਜੇ ਪੱਖੀ ਸੱਜ ਪਿਛਾਕੜੀ ਲੋਕ ਆ ਜਾਂ ਕੱਟੜਪੰਥੀ ਕਹਿ ਲਓ, ਉਹਨਾਂ ਨੇ ਰੌਲਾ ਪਾਇਆ ਸੀਗਾ ਕਿ ਫਰਾਂਸ ਦੀ ਜਿਹੜੀ ਅੰਬੈਸੀ ਆ ਖਾਲੀ ਕਰਾਓ, ਮਤਲਬ ਕਿ ਉਹਨਾਂ ਦਾ ਅੰਬੈਸਡਰ ਵਗੈਰਾ ਜੋ ਵੀ ਸਟਾਫ ਹੈ ਭੇਜੋ। ਤੇ ਸਰਕਾਰ ਪਹਿਲਾਂ ਤਾਂ ਮੰਨ ਗਈ ਸੀ, ਬਾਅਦ 'ਚ ਸਰਕਾਰ ਪਲਟ ਗਈ ਕਿ ਨਹੀਂ ਅਸੀਂ ਇਹਦੀ ਸਾਰੀ ਚਰਚਾ ਜਿਹੜੀ ਸਦਨ 'ਚ ਕਰਾਂਗੇ। ਉਸ ਤੋਂ ਬਾਅਦ ਫਿਰ ਉੱਥੇ ਬਖੇੜਾ ਜ਼ਿਆਦਾ ਪੈ ਗਿਆ, ਫਿਰ ਮੁੜ ਕੇ ਜਿਹੜਾ ਮੌਲਾਨਾ ਸਾਹਿਬ ਰਿਜ਼ਵੀ ਹੈ ਉਹਨੂੰ ਵੀ ਅਰੈਸਟ ਕਰ ਲਿਆ, ਉਸ ਤੋਂ ਬਾਅਦ ਤੇ ਫਿਰ ਹਿੰਸਾ ਜ਼ਿਆਦਾ ਭੜਕ ਗਈ ਆ। ਤਾਂ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਚੇਤਾਵਨੀ ਦੇ ਕੇ ਆਖਿਆ ਕਿ ਪਾਕਿਸਤਾਨ ਛੱਡ ਦਿਓ, ਖਤਰੇ ਤੋਂ ਖਾਲੀ ਨਹੀਂ ਮਾਮਲਾ। ਜੀ ਜੀ ਅਗਲੀ ਗੱਲ ਕਰੀਏ ਤਾਂ ਦਿੱਲੀ ਦੇ ਗੁਰਦੁਆਰਾ ਇਲੈਕਸ਼ਨ ਰੱਦ ਨਹੀਂ ਹੋਣਗੇ? ਹਾਂਜੀ ਦੇਖੋ ਇੱਕ ਪਟੀਸ਼ਨ ਗਈ ਸੀਗੀ ਹਾਈ ਕੋਰਟ ਦੇ ਵਿੱਚ ਕਿ ਕਰੋਨਾ ਕਰਕੇ ਭਾਈ ਇਲੈਕਸ਼ਨ ਰੱਦ ਕਰ ਦਿੱਤਾ ਜਾਵੇ, ਹੁਣ ਹਾਈ ਕੋਰਟ ਨੇ ਵੇਖਿਆ ਹੋਣਾ ਕਿ ਜੇ ਇਹ ਇਲੈਕਸ਼ਨ ਰੱਦ ਹੋ ਗਿਆ ਤੇ ਫਿਰ ਤਾਂ ਦੂਜੇ ਇਲੈਕਸ਼ਨ ਜਿਹੜੇ ਚੱਲਦੇ ਪਏ ਉਹਦੇ ਤੇ ਵੀ ਸਵਾਲ ਉੱਠੇਗਾ ਨਾ ਕਿ ਉਹ ਵੀ ਇਲੈਕਸ਼ਨ ਰੱਦ ਕਰ ਦਿਓ, ਸੁਪਰੀਮ ਕੋਰਟ ਚੱਲ ਜਾਏਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੇ ਇਹੋ ਹੀ ਰਾਏ ਬਣਾਈ ਆ ਕਿ ਭਾਈ ਇਹ ਇਲੈਕਸ਼ਨ ਹੈ ਜਿਹੜਾ ਹੋਣ ਦਿਓ, ਅਸੀਂ ਇਸ ਮਾਮਲੇ 'ਚ ਦਖਲ ਨਹੀਂ ਦਿਆਂਗੇ। ਸੋ ਸਾਫ਼ ਹੈ, ਸਪਸ਼ਟ ਹੈ, ਜੋ ਸ਼ਡਿਊਲ ਤੈਅ ਆ ਉਸੇ ਤੈਅ ਸ਼ਡਿਊਲ 'ਤੇ ਹੀ ਵੋਟਾਂ ਪੈਣਗੀਆਂ। ਮੇਰੇ ਖਿਆਲ ਦੇ ਨਾਲ 27 ਨੂੰ ਰਿਜ਼ਲਟ ਆ ਜਾਣਾ ਆ, ਦੇਖਦੇ ਉੱਥੇ ਕੌਣ ਜਿੱਤਦਾ ਕੌਣ ਹਾਰਦਾ। ਤਾਂ ਇਹ ਸਾਫ਼ ਆ ਕਿ ਹਾਈ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਕੱਲ੍ਹ ਨੂੰ ਮੰਨ ਲਓ ਪੰਜਾਬ, ਯੂਪੀ ਇਹਨਾਂ ਸੂਬਿਆਂ ਦੇ ਵਿੱਚ ਆਪਣੇ ਨਾਲ ਮੇਰੇ ਖਿਆਲ ਦੇ ਨਾਲ 4 ਹੋਰ ਸੂਬੇ ਹੁੰਦੇ, 5 ਸੂਬਿਆਂ ਦੇ ਵਿੱਚ ਚੋਣ ਹੋਣੀ ਆ ਆਉਣ ਵਾਲੇ ਕੁਛ ਮਹੀਨਿਆਂ ਦੇ ਅੰਦਰ ਅੰਦਰ। ਤੇ ਜੇ ਕਰੋਨਾ, ਕਿਉਂਕਿ ਕਰੋਨਾ ਤਾਂ ਕਿਤੇ ਜਾਣਾ ਹੀ ਨਹੀਂ ਨਾ, ਇਹ ਤਾਂ ਹੁਣ ਪੁੱਛਣ ਚੁੱਕੇ ਜਵਾਕ ਆਗੂ ਨਾਲ ਨਾਲ ਹੀ ਰਹਿਣਾ ਆ, ਤੇ ਜੇ ਮੰਨ ਲਓ ਮਾਮਲੇ ਵੱਧਦੇ ਘੱਟਦੇ ਆ, ਉਸ ਸੂਰਤ ਦੇ ਵਿੱਚ ਵੀ ਲੱਗਦਾ ਆ ਕਿ ਇਲੈਕਸ਼ਨ ਲੇਟ ਨਹੀਂ ਹੋਣਗੇ। ਜ਼ਿੰਦਗੀ ਪਤਾ ਨਹੀਂ, ਜ਼ਿੰਦਗੀ ਮਿਲੇ ਨਾ ਦੁਬਾਰਾ, ਉਹ ਫਿਲਮ ਆਈ ਸੀ ਨਾ ਜਿਵੇਂ ਜ਼ਿੰਦਗੀ ਮਿਲੇਗੀ ਨਾ ਦੁਬਾਰਾ, ਉਹ ਪਤਾ ਨਹੀਂ ਮਿਲੇ ਨਾ ਮਿਲੇ, ਕਿਹਦੀ ਜ਼ਿੰਦਗੀ ਜਿਹੜੀ ਆ ਜਾਣੀ ਆ, ਕਿਹਦੀ ਰਹਿਣੀ ਆ, ਕੋਈ ਪਤਾ ਨਹੀਂ, ਲੋਕਡਾਊਨ ਲੱਗਣਾ ਅਨਲੋਕ ਰਹਿਣਾ। ਪਰ ਇਲੈਕਸ਼ਨ ਦੇ ਮਾਮਲੇ 'ਚ ਛੇਤੀ ਕੀਤਾ ਕਹਿ ਲਓ
ਇਹ ਕੋਰਟਾਂ ਜਿਹੜੀਆਂ ਨੇ ਉਹ ਇਹ ਮੰਨ ਕੇ ਚੱਲਣਗੀਆਂ ਕਿ ਅਸੀਂ ਦਖਲ ਨਹੀਂ ਦੇਵਾਂਗੇ। ਪਰ ਵੈਸੇ ਕਮਾਲ ਦੀ ਗੱਲ ਆ, ਇਹ ਅੱਗੇ ਆਪਾਂ ਵੇਖਿਆ, ਖਬਰ ਵੀ ਕੀਤੀ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੀਯੂ ਦੇ ਇਲੈਕਸ਼ਨ ਜਿਹੜੇ ਆ ਉਹ ਆਪਣੇ ਹੁਕਮਾਂ ਤੇ ਕਰਵਾਉਣ ਦਾ ਆਰਡਰ ਦਿੱਤਾ ਪਿਆ। ਜੀ, ਸੋ ਜਿੱਥੇ ਸੂਤ ਲੱਗਦਾ ਉੱਥੇ ਕਰ ਲੈਂਦੇ ਆਪਣੀ ਮਰਜ਼ੀਆਂ ਜਿਹੜੀਆਂ ਇਹ ਚੱਲ ਰਹੀਆਂ ਨੇ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕਿ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।